ਖੁਪਿੰਦਰ ਉਸਤਾਦ ਦੀ ਕਹਾਣੀ ਤੁਰਦਾ ਸਾਥ ਭੱਜੀ ਹੋਰਾਂ ਨੂੰ ਬਹੁਤ ਸਿਰ ਹੋ ਗਿਆ ਸੀ ਇਸ ਪਿੰਡ 'ਚ ਰਹਿੰਦੇ ਆ ਹੁਣ ਤਾਂ ਉਹ ਇਸ ਪਿੰਡ ਦੇ ਹੀ ਹੋ ਗਏ ਸਨ ਕਦੀ ਗੱਲ ਹੁੰਦੀ ਤਾਂ ਉਹ ਕਹਿੰਦਾ ਉਹ ਕਾਦਾ ਪਿੰਡ ਸੀ ਆਪਣਾ ਜਿਨੇ ਸਾਡੀ ਬਾਤ ਹੀ ਨਹੀਂ ਪੁੱਛੀ ਮੇਰਾ ਘਰ ਵਸਦਾ ਸ਼ਰੀਕਾਂ ਕੋਲੋਂ ਦੇਖਣਾ ਹੋਇਆ ਉਹ ਤਾਂ ਕੜੂਸਾਂ ਹੀ ਛੱਡਦੇ ਰਹੇ ਹੁਣ ਤਾਂ ਸਾਡਾ ਪਿੰਡੇ ਹੋਇ ਹੈ ਜਿਨੇ ਸਾਨੂੰ ਪਿਆਰ ਦਿੱਤਾ ਸਾਨੂੰ ਸੰਭਿਆ ਸਾਡੀ ਹਰ ਖੁਸ਼ੀ ਗਮੀਂ ਚ ਪਿੰਡ ਸ਼ਾਮਲ ਹੁੰਦਾ ਹੈ ਮਿੰਦਰ ਮੈਨੂੰ ਭੱਜੀ ਬਾਰੇ ਦੱਸ ਰਿਹਾ ਸੀ ਪੰਜ ਚਾਰ ਮਹੀਨੇ ਪਹਿਲਾਂ ਹੀ ਤਾਂ ਉਹਨਾਂ ਨੇ ਆਪਣੀ ਸ਼ਾਦੀ ਦਿੱਤੀ ਵੀਰੇ ਗੰਢ ਮਨਾਈ ਸੀ ਬੜੇ ਸੋਹਣੇ ਹੱਸਦੇ ਖੇਡਦੇ ਕੱਲ ਮਿੰਟਾਂ ਦੀ ਵਾਰੀ-ਵਾਰੀ ਦੋਵੇਂ ਇਸ ਦੁਨੀਆ ਨੂੰ ਹਲਵਿਦਾ ਕਹਿ ਗਏ ਕਹਿੰਦਾ ਹੋਇਆ ਮਿੰਦਰ ਮੇਰੇ ਵੱਲ ਦੇਖਣ ਲੱਗਾ ਸਾਹ ਲੈ ਕੇ ਉਹਨੇ ਫੇਰ ਗੱਲ ਸ਼ੁਰੂ ਕੀਤੀ ਉਹਦਾ ਨਾਮ ਤਾਂ ਗੁਰਪ੍ਰਜਨ ਸੀ ਪਰ ਸਾਰੇ ਉਹਨੂੰ ਭੱਜੀ ਕਹਿ ਕੇ ਬੁਲਾਉਂਦੇ ਸੀ ਉਹ ਗੁੱਸਾ ਵੀ ਨਹੀਂ ਸੀ ਕਰਦਾ ਉਹਦੀ ਘਰਵਾਲੀ ਸੀ ਨੇਕ ਦਿਲ ਪ੍ਰੀਤ ਇੱਕ ਵਾਰ ਗੱਲਾਂ-ਗੱਲਾਂ ਦੀ ਭੱਜੀ ਨੇ ਦੱਸਿਆ ਸੀ ਕਿ ਨਾ ਤਾਂ ਅਸੀਂ ਇੱਕ ਦੂਜੇ ਦਾ ਘਰ ਦੇਖਿਆ ਨਾ ਕੁਝ ਪੁੱਛਿਆ ਬਸ ਰਾਹ ਜਾਂਦੇ ਜਾਂਦੇ ਮੇਰੀ ਤੇ ਪ੍ਰੀਤ ਦੀ ਗੱਲ ਹੋਈ ਇਕੱਠੇ ਰਹਿਣ ਦੀ ਤੇ ਅਸੀਂ ਇੱਕ ਦੂਜੇ ਦਾ ਹੱਥ ਫੜ ਲਿਆ ਔਕੜਾਂ ਤਾਂ ਬਹੁਤ ਆਈਆਂ ਪਰ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਕਿਸ ਤਰ੍ਹਾਂ ਬਈ ਮੈਂ ਹੈਰਾਨੀ ਨਾਲ ਭੱਜੀ ਨੂੰ ਪੁੱਛਿਆ ਸੀ ਉਹ ਇਸ ਤਰ੍ਹਾਂ ਵੀ ਮੈਂ ਘਰੋਂ ਸੀ ਗਰੀਬ ਤੇ ਮਾਂ-ਬਾਪ ਵੀ ਸਰਦ ਤੇ ਹੈ ਨਹੀਂ ਸੀ ਵੱਡੇ ਭਰਾ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੀ ਹੁੰਦਾ ਸੀ ਉਹਨੇ ਵਿਆਸ ਰਾਨੰਦ ਦਿੱਤਾ ਡੰਗ ਟਪਾਈ ਲਈ ਮੈਂ ਸ਼ਹਿਰ ਕਿਸੇ ਕੁਲ ਬਿਜਲੀ ਦਾ ਕੰਮ ਸਿੱਖਣ ਲੱਗ ਪਿਆ ਜ਼ਿੰਦਗੀ ਉਗੜ ਦੁਗੜ ਚੱਲ ਰਹੀ ਸੀ ਇੱਕ ਸ਼ਾਮ ਮੈਂ ਦਿਹਾੜੀ ਲਾ ਕੇ ਪਿੰਡ ਨੂੰ ਆ ਰਿਹਾ ਸੀ ਰੇਲਵੇ ਸ਼ੈੱਡ ਕੋ ਲਾਈਨਾਂ ਦੇ ਨਾਲ-ਨਾਲ ਮੈਨੂੰ ਹਨੇਰੇ ਜੇ ਵਿੱਚ ਕਿਸੇ ਜਨਾਨੀ ਦੇ ਤੁਰੇ ਜਾਣ ਦਾ ਝੋਲਾ ਜਿਹਾ ਪਿਆ 25 30 ਕਦਮ ਕਦਮਾਂ ਸ਼ਾਕ ਲੱਗੇ ਗਿਆ ਤਾਂ ਦੇਖਿਆ ਉਹ ਜਨਾਨੀ ਸੀ ਫੇਰ ਕਿੱਦਾਂ ਹੋਈ ਮੈਂ ਉਹ ਤਾਵਲਾ ਹੁੰਦੇ ਆ ਭੱਜੀ ਨੂੰ ਪੁੱਛਿਆ ਤਾਂ ਭੱਜੀ ਦੱਸਣ ਲੱਗਾ ਨੇਰੇਚ ਕੱਲੀ ਕਿੱਥੇ ਤੁਰੀ ਜਾਨੀ ਐ ਮੈਂ ਉਸ ਵੱਲ ਵੇਖਦੇ ਆ ਆਪਣਾ ਸ਼ਕਲ ਉਹਦੇ ਬਰਾਬਰ ਖੜਾ ਕਰਦੇ ਆ ਪੁੱਛਿਆ ਉਹ ਵੀ ਖੜੀ ਹੋ ਗਈ ਤੇ ਮੇਰੇ ਮੂੰਹ ਵੱਲ ਦੇਖਣ ਲੱਗੀ ਦੇਖਦੀ ਹੋਈ ਮਿੰਟਕ ਬਾਅਦ ਬੋਲੀ ਤੇਰੇ 'ਚ ਕਿੱਥੇ ਲੈ ਜਾਣ ਦੀ ਹਿੰਮਤ ਐ ਕਿੱਥੇ ਲੈ ਜਾ ਸਕਦਾ ਉਹਦੀ ਆਵਾਜ਼ 'ਚ ਟਣਕ ਸੀ ਮੈਂ ਥੋੜਾ ਘਬਰਾ ਜਾ ਗਿਆ ਵੀ ਇਹ ਰੌਲਾ ਹੀ ਨਾ ਪਾ ਦੇਵੇ ਮੈਂ ਕੁਝ ਬੋਲ ਨਾ ਸਕਿਆ ਉਹ ਫੇਰ ਬੋਲੀ ਮੈਂ ਤਾਂ ਨੇਰਾ ਕਰਕੇ ਨੇਰੇ 'ਚ ਤੁਰੀ ਜਾਨੀ ਐ ਤੇਰੇ ਕਿਹੜਾ ਲਾਟੂ ਜਗਦਾ ਤੂੰ ਵੀ ਤਾਂ ਨੇਰੇ 'ਚ ਤੁਰਿਆ ਜਾਨਾ ਉਹਦੀ ਗੱਲ ਸੁਣ ਕੇ ਮੈਂ ਅੰਦਰੋਂ ਅੰਦਰੀਂ ਛਿੱਥਾ ਜਾ ਹੋ ਗਿਆ ਪਰ ਹੌਸਲਾ ਕਰਕੇ ਮੈਂ ਸ਼ੈਕਲ ਉਹਦੇ ਅੱਗੇ ਖੜਾ ਕਰਕੇ ਉਹਦਾ ਰਸਤਾ ਰੋਕ ਲਿਆ ਜਾਨਾ ਤਾਂ ਮੈਂ ਵੀ ਨਹੀਂ ਰਹੀਆਂ ਪਰ ਦਿਲ ਮੇਰਾ ਲਾਟੂ ਵਾਂਗ ਜਗਦਾ ਹੈ ਦਿਹਾੜੀ ਲਾ ਕੇ ਆਇਆ ਉਹ ਜਿਹੜਾ ਲੋ ਦਾ ਗੁਬਾਰਜਾ ਦਿਸਦਾ ਮੇਰੇ ਪਿੰਡ ਦਾ ਹੈ ਉਸ ਪਿੰਡ ਵਿੱਚ ਮੇਰਾ ਇੱਕ ਕੱਚਾ ਕੋਠਾ ਹੈ ਉਸ ਕੱਚੇ ਕੋਠੇ 'ਚ ਜਾ ਕੇ ਚਾਰ ਮੰਨ ਸੇਕਣੇ ਨੇ ਤੇ ਖਾ ਕੇ ਵੈਗਰੂ ਕਹਿ ਕੇ ਸੌਂ ਜਾਣਾ ਜੇ ਤੇਰਾ ਦਿਲ ਮੰਨਦਾ ਤਾਂ ਆ ਜਾ ਨਾਲ ਤੇਰੇ ਜੋਗੀਆਂ ਵੀ ਸੇਕ ਲਊਂਗਾ ਕਿੰਨੇ ਦਿਨ ਸਕੇਗਾ ਮੇਰੇ ਲਈ ਉਹਨੇ ਮੈਨੂੰ ਪੁੱਛਿਆ ਤੇ ਗਾਂ ਹੋ ਕੇ ਮੇਰਾ ਰਸਤਾ ਰੋਕ ਲਿਆ ਜਿੰਨੇ ਦਿਨ ਤੇਰੀ ਮਰਜ਼ੀ ਹੋਵੇ ਸ਼ਾਇਦ ਤੇਰਾ ਮੇਰਾ ਤੁਰਦਾ ਸਾਥ ਹੀ ਲਿਖਿਆ ਹੋਵੇ ਰਾਜ ਤੋਂ ਖਤਨਾ ਦਏਗਾ ਉਹਨੇ ਮੇਰੀ ਸ਼ਕਲ ਨੂੰ ਮਜ਼ਬੂਤੀ ਨਾਲ ਫੜ ਲਿਆ ਵਾਗਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਹਿਣਾ ਜੇ ਤੂੰ ਮੈਨੂੰ ਆਪਣਾ ਹੱਥ ਫੜਾਏਂਗੀ ਤਾਂ ਤੁਰ ਤੱਕ ਨਾ ਛੱਡੂ ਅੱਛਾ ਹਾਂ ਆਲਾ ਫੇਰ ਫੜ ਲੈ ਮੇਰਾ ਹੱਥ ਤੇ ਲੈ ਚੱਲ ਜਿੱਥੇ ਮਰਜ਼ੀ ਮੇਰਾ ਵੀ ਉਸ ਰੱਬ ਤੋਂ ਬਿਨਾ ਕੋਈ ਨਹੀਂ ਅੱਜ ਤੋਂ ਪ੍ਰੀਤ ਤੇਰੀ ਹੋਈ ਤੂੰ ਵੀ ਕੀ ਯਾਦ ਕਰੇਂਗਾ ਕਿਸੇ ਨੇਰੇ ਨੇਰੇ ਜਾਂਦੀ ਨਾਲ ਵਾਪਿਆ ਸੀ ਅਸੀਂ ਦੋਹਾਂ ਨੇ ਕੋਈ ਜਾਤ ਬਰਾਦਰੀ ਨਹੀਂ ਪੁੱਛੀ ਕੋਈ ਰੰਗ ਰੂਪ ਨਹੀਂ ਪਰਖਿਆ ਵੈਸੇ ਨੇਰੇਚ ਦੱਸਣਾ ਵੀ ਕੀ ਸੀ ਕੋਈ ਬੈਂਕ ਖਾਤਾ ਨਹੀਂ ਪੁੱਛਿਆ ਬਸ ਨੇਰੇ ਠੀਕ ਦੂਜੇ ਦਾ ਹੱਥ ਫੜਿਆ ਤੇ ਤੁਰ ਪਏ ਚਾਨਣ ਦੀ ਪਾਲ ਚ ਤੁਰੇ ਜਾਂਦੇ ਆ ਪ੍ਰੀਤ ਨੇ ਦੱਸਿਆ ਉਹਦੇ ਮਾਂ-ਬਾਪ ਇੱਕ ਐਕਸੀਡੈਂਟ ਚ ਗੁਜ਼ਰ ਗਏ ਸਨ ਉਸੇ ਬਸਤੀ 'ਚ ਹੋਰ ਪਰਿਵਾਰ ਸੀ ਉਨਾਂ ਚੋਂ ਇੱਕ ਬਜ਼ੁਰਗ ਔਰਤ थी ਬਚੀ ਸੀ ਤੇ ਮੇਰੇ ਪਰਿਵਾਰ ਚੋਂ ਸਿਰਫ ਮੈਂ ਬਚੀ ਸੀ ਉਸ ਔਰਤ ਦੀ ਮੇਰੀ ਉਮਰ ਦੀ ਪੁੱਤੀ ਗੁਜ਼ਰ ਗਈ ਸੀ ਅਸੀਂ ਦੋਵੇਂ ਇਕੱਲੀਆਂ-ਇਕੱਲੀਆਂ ਰਹਿ ਗਈਆਂ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਲੈਣ ਲਈ ਸੀ ਆਇਆ ਅਸਲ ਚ ਗਰੀਬ ਆਦਮੀ ਦਾ ਕੋਈ ਰਿਸ਼ਤੇਦਾਰ ਹੁੰਦਾ ਹੀ ਨਹੀਂ ਜੋ ਨੂੰ ਸਹਾਰਾ ਦੇ ਸਕੇ ਉਹ ਔਰਤ ਮੈਨੂੰ ਆਪਣੇ ਨਾਲ ਆਪਣੇ ਘਰ ਲੈ ਗਈ ਉਸ ਮਾਤਾ ਨੇ ਮੈਨੂੰ ਪਾਲਿਆ 6-7 ਸਾਲ ਹੋ ਗਏ ਨੇ ਮੇਰੀ ਉਹ ਮਾਤਾ ਵੀ ਗੁਜ਼ਰ ਗਈ ਮਾਤਾ ਦੇ ਕੁਝ ਰਿਸ਼ਤੇਦਾਰਾਂ ਨੇ ਮਾਤਾ ਦੀ ਜਾਇਦਾਦ ਸੰਭਲ ਲਈ ਮੈਨੂੰ ਜਬਰੀ ਮੇਰੇ ਦੂਰ ਦੇ ਨਾਮ ਤਰੀਕ ਰਿਸ਼ਤੇਦਾਰਾਂ ਕੋਲ ਛੱਡ ਦਿੱਤਾ। ਉਹਨਾਂ ਨੇ ਤਾਂ ਪਹਿਲਾਂ ਹੀ ਸਾਰੇ ਪਿੰਡ 'ਚ ਇਹ ਗੱਲ ਪੱਕੀ ਕਰਤੀ ਸੀ ਕਿ ਮੈਂ ਵੀ ਉਸ ਐਕਸੀਡੈਂਟ 'ਚ ਮਰ ਗਈ ਸੀ। ਸਾਡਾ ਜੋ ਕੋਠਾ ਸੀ ਉਹਨਾਂ ਨੇ ਸੰਭਲਿਆ ਸੀ। ਹੋਰ ਨੇੜੇ ਦਾ ਕੋਈ ਹੈ ਜੋ ਨਹੀਂ ਸੀ ਕਬਜ਼ਾ ਕਰਨ ਵਾਲਾ। ਹਾਂ ਮੁਫਤ ਦਾ ਸੰਭਲਣ ਨੂੰ ਤਾਂ ਕਈ ਰਿਸ਼ਤੇਦਾਰ ਬਣ ਜਾਂਦੇ ਆ। ਜੇ ਕੁਝ ਦੇਣਾ ਪੈ ਜਾਏ ਤਾਂ ਕਈ ਸਕੇ ਵੀ ਪਿੱਛੇ ਹੋ ਜਾਂਦੇ ਆ। ਬੜੀ ਮੁਸ਼ਕਲ ਨਾਲ ਉਹਨਾਂ ਨੇ ਮੈਨੂੰ 2-3 ਦਿਨ ਆਪਣੇ ਕੋਲ ਰੱਖਿਆ ਫਿਰ ਮੈਨੂੰ ਦੂਜੇ ਪਿੰਡ ਦੀ ਔਰਤ ਨਾਲ ਕਿਸੇ ਦੇ ਘਰ ਕੰਮ ਕਰਨ ਲਈ ਭੇਜ ਦਿੱਤਾ ਫਸੋਦੋਂ ਦੀ ਮੈਂ ਉਸੇ ਔਰਤ ਦੇ ਘਰ ਹੀ ਰਹਿਨੀ ਆ ਉਹਨੇ ਮੇਰਾ ਬਹੁਤ ਸਾਥ ਦਿੱਤਾ 2 ਸਾਲ ਹੋਏ ਉਹਨੇ ਦੁਬਾਰਾ ਆਪਣਾ ਘਰ ਵਸਾ ਲਿਆ ਮੈਂ ਮੁੜ ਕੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲੀ ਗੱਲਾਂ ਕਰਦੇ ਕਰਦੇ ਉਹ ਭੱਜੀ ਦੇ ਪਿੰਡ ਘਰ ਪਹੁੰਚ ਗਏ ਤੋਹਾਨੇ ਰਲ ਕੇ ਰੋਟੀ ਬਣਾਈ ਤੇ ਖਾਧੀ ਗਈ ਰਾਤ ਤੱਕ ਆਪਣੇ ਨਾਲ ਹੋਈਆਂ ਬੀਤੀਆਂ ਦੱਸਦੇ ਦੱਸਦੇ ਸੌਂ ਗਏ ਸੁਰੇਜ ਜਦੋਂ ਆਪਣੇ-ਆਪਣੇ ਕੰਮਾਂ ਤੇ ਜਾਣ ਲਈ ਘਰੋਂ ਨਿਕਲੇ ਤਾਂ ਕੁਝ ਲੋਕ ਬੜੀਆਂ ਗਹਿਰੀਆਂ ਨਜ਼ਰਾਂ ਨਾਲ ਉਹਨਾਂ ਨੂੰ ਘੂਰ ਰਹੇ ਸਨ। ਪਿੰਡ 'ਚ 4-5 ਦਿਨ ਬੜੀ ਕਨਾਫੂਸੀ ਹੁੰਦੀ ਰਹੀ। ਉਹਨਾਂ ਦੋਹਾਂ ਨੂੰ ਲੈ ਕੇ ਫਿਰ ਇੱਕ ਦਿਨ ਉਹਨਾਂ ਨੇ ਗੁਰਦੁਆਰੇ ਦੇ ਭਾਈ ਜੀ ਤੋਂ ਅਰਦਾਸ ਕਰਾਈ। ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਵਿਆਹ ਦੀ ਰਸਮ ਪੂਰੀ ਕਰ ਲਈ। ਨਾ ਕੋਈ ਬਰਾਤੀ, ਨਾ ਕੋਈ ਮੇਲੀ। ਬਸ ਗੁਆਂਢ ਦੇ 2-3 ਬੰਦੇ ਸ਼ਾਮਲ ਹੋਏ ਉਹਨਾਂ ਦਾ ਵਿਆਹ ਹੋ ਗਿਆ। ਫਿਰ ਵੀ ਕਈ ਲੋਕ ਉਹਨਾਂ ਨੂੰ ਜਲੀਲ ਕਰਦੇ ਰਹੇ, ਮਿਹਣੇ ਮਾਰਦੇ ਰਹੇ। ਜਦੋਂ ਭੱਜੀ ਹੋਰਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਉਹਨਾਂ ਨੇ ਆਪਣਾ ਪਿੰਡ ਹੀ ਛੱਡ ਦਿੱਤਾ ਇੱਥੇ ਸਾਡੇ ਪਿੰਡ ਆ ਵਸੇ ਸਾਡੇ ਪਿੰਡ 'ਚ ਬਿਜਲੀ ਦਾ ਕੰਮ ਕਰਨ ਵਾਲਾ ਕੋਈ ਕਾਰੀਗਰ ਨਹੀਂ ਸੀ ਇਸ ਕਰਕੇ ਪਿੰਡ ਦੇ ਲੋਕਾਂ ਨੇ ਭੱਜੀ ਹੋਰਾਂ ਨੂੰ ਜੀ ਆਇਆਂ ਕਿਹਾ ਭੱਜੀ ਹੋਰਾਂ ਦੇ ਜੀਵਨ ਦੀ ਗੱਡੀ ਹੌਲੀ-ਹੌਲੀ ਆਪਣੀ ਚਾਲੇ ਪੈ ਗਈ ਭੱਜੀ ਨੂੰ ਸ਼ਹਿਰ 'ਚ ਇੱਕ ਚੰਗੀ ਤਹਾਂ ਕੰਮ ਮਿਲ ਗਿਆ ਪ੍ਰੀਤ ਵੀ ਸਲਾਈ ਸਿੱਖ ਕੇ ਘਰ ਹੀ ਕੱਪੜੇ ਸਿਉਣ ਲੱਗ ਪਈ ਵਾਰੀ-ਵਾਰੀ ਉਹਨਾਂ ਦੇ ਦੋ ਬੱਚੇ ਹੋਏ ਕੁੜੀ ਬੱਡੀ ਸੀ ਮੁੰਡਾ ਛੋਟਾ ਜਦੋਂ ਉਹਨਾਂ ਨੇ ਸੁਰਤ ਸੰਭਾਲੀ ਤਾਂ ਕੁੜੀ ਮਾਂ ਨਾਲ ਹੱਥ ਵਟਾਉਣ ਲੱਗੀ ਤੇ ਮੁੰਡਾ ਪਿਓ ਨਾਲ ਕੰਮ ਦੀ ਮਦਦ ਕਰਨ ਲੱਗਾ ਉਹਨਾਂ ਨੇ ਜੋ ਥੋੜੇ ਥੋੜੇ ਪੈਸੇ ਜਮ੍ਹਾਂ ਕੀਤੇ ਸੀ ਉਹਨਾਂ ਦਾ ਘਰ ਖਰੀਦ ਲਿਆ ਪੱਕੇ ਤੌਰ ਤੇ ਇੱਥੇ ਬਸੇਰਾ ਕਰ ਲਿਆ ਕੁੜੀ ਨੇ ਜਦੋਂ ਬੀਏ ਕਰ ਲਈ ਤਾਂ ਭੱਜੀ ਹੋਰੀ ਉਹਦੇ ਵਿਆਹ ਲਈ ਮੁੰਡਾ ਲੱਭਣ ਲੱਗ ਪਏ ਮੁੰਡੇ ਨੇ 10 ਕਰਕੇ ਇਲੈਕਟ੍ਰੀਸ਼ੀਅਨ ਦਾ ਕੋਰਸ ਕਰ ਲਿਆ ਤੇ ਭੱਜੀ ਨਾਲ ਹੀ ਕੰਮ ਕਰਨ ਲੱਗ ਪਿਆ ਕੁੜੀ ਵਾਸਤੇ ਚੰਗਾ ਘਰ ਮਿਲ ਗਿਆ ਸੀ ਭੱਜੀ ਨੇ ਕੁੜੀ ਦੀ ਸ਼ਾਦੀ ਕਰ ਦਿੱਤੀ ਕੁੜੀ ਆਪਣੇ ਘਰ ਚਲੀ ਗਈ ਭੱਜੀ ਹੋਰਾਂ ਨੂੰ ਘਰ ਖਾਲੀ-ਖਾਲੀ ਲੱਗਣ ਲੱਗਾ ਫਿਰ ਸਾਲ ਕੁਝ ਹੀ ਉਹਨਾਂ ਮੁੰਡੇ ਦਾ ਵੀ ਵਿਆਹ ਕਰ ਦਿੱਤਾ ਘਰ 'ਚ ਰੌਣਕ ਹੋ ਗਈ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਘਰ 'ਚ ਖੁਸ਼ੀਆਂ ਤੇ ਸ਼ਾਂਤੀ ਦਾ ਪਹਿਰਾ ਸੀ ਹਰ ਥਾਂ ਉਹਨਾਂ ਨੂੰ ਆਦਰ ਸਤਕਾਰ ਮਿਲ ਰਿਹਾ ਸੀ ਪਰ ਕਹਿੰਦੇ ਐ ਖੁਸ਼ੀ ਬਹੁਤਾ ਚਿਰ ਇਕੱਥਾ ਨਹੀਂ ਰਹਿੰਦੀ ਕਿਉਂ ਕੀ ਗੱਲ ਹੋਈ ਮੇਰੇ ਮੂੰਹ 'ਚ ਅਚਾਨਕ ਨਿਕਲਿਆ ਮੈਂ ਕਿੰਨੇ ਚਿਰ ਤੋਂ ਇਕਾਗਰ ਹੋ ਕੇ ਉਹਦਾ वार्तालाप ਸੁਣ ਰਿਹਾ ਸੀ। ਮਿੰਦਰ ਨੇ ਮੇਰੇ ਵੱਲ ਵੇਖਿਆ ਤੇ ਆਪਣੀ ਗੱਲ ਨੂੰ ਅੱਗੇ ਤੋਰਿਆ। ਇੱਕ ਦਿਨ ਭੱਜੀ ਘਰ ਹੀ ਕੋਈ ਕੰਮ ਕਰ ਰਹੀ ਸੀ, ਪਤਾ ਨਹੀਂ ਕਿਵੇਂ ਉਹਨੂੰ ਜ਼ੋਰਦਾਰ ਕਰੰਟ ਦਾ ਝਟਕਾ ਲੱਗਾ। ਉਸੇ ਵੇਲੇ ਉਹਦੀ ਮੌਤ ਹੋ ਗਈ। ਡਾਕਟਰ ਨੂੰ ਸੱਦਨ ਦਾ ਵੀ ਮੌਕਾ ਨਹੀਂ ਮਿਲਿਆ। ਪ੍ਰੀਤ ਅਚਾਨਕ ਹੋਏ ਸਾਥਸੇ ਨੂੰ ਬਰਦਾਸ਼ਤ ਨਹੀਂ ਕਰ ਸਕੇ। ਤੂਤਾ ਧੁਰ ਤੱਕ ਸਾਥ ਦੇਣ ਦਾ ਕਰਾਰ ਕੀਤਾ ਸੀ, ਰਾਜ ਕਿਵੇਂ ਛੱਡ ਚਲੇਆ? ਇਹ ਕਹਿੰਦੀ ਪ੍ਰੀਤ ਭੱਜੀ ਦੀ লাশ ਦੇ ਉੱਤੇ ਹੀ ਡਿੱਗ ਪਈ। ਉਥੇ ਉਹਦੇ ਪ੍ਰਾਨ ਨਿਕਲ ਗਏ ਧੁਰ ਦੇ ਸਾਥੀ ਧੁਰ ਤੱਕ ਦਾ ਸਾਥ ਕਰਕੇ ਚਲੇ ਗਏ ਦੋਹਾਂ ਨੂੰ ਇੱਕੋ ਜਿਹੀ ਅੱਗ ਦਿੱਤੀ ਗਈ ਗੱਲ ਖਤਮ ਕਰਕੇ ਜਦੋਂ ਮਹਿੰਦਰ ਨੇ ਮੇਰੇ ਵੱਲ ਦੇਖਿਆ ਉਹਦੀਆਂ ਅੱਖਾਂ ਨਮ ਸਨ ਧੰਨਵਾਦ